ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਬਿੱਤੇ ਦਿਨੀ ਇੱਕ ਖਬਰ ਆਈ ਸੀ ਕਿ ਇੱਕ 7 ਸਾਲਾਂ ਮਾਸੂਮ ਬੱਚੀ ਅਬਿਰੋਜ ਜੋਤਕੌਰ ਜੋਕੇ ਗਾਇਬ ਹੋ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਨਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਲੜਕੀ ਦੀ ਤਲਾਸ਼ ਕੀਤੀ ਜਾਂਦੀ ਹੈ ਤੇ ਅੰਮ੍ਰਿਤਸਰ ਦੇ ਪਿੰਡ ਰਾਮਪੂਰਾ ਦਾ ਇਹ ਮਾਮਲਾ ਸੀ ਤੇ ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਬਿੱਤੇ ਦਿਨੀ ਦੇ ਪਿੰਡ ਚ ਅਬਿਰੋਜ ਕੌਰ ਜੋ 7 ਸਾਲ ਦੀ ਮਾਸੂਮ ਬੱਚੀ ਸੀ ਉਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਸਵੇਰ ਵੇਲੇ 6 ਪੜਚੋ লাশ ਮਿਲਦੀ ਆ ਉਸ ਲੜਕੀ ਦੀ ਤਾਂ ਹੈਰਾਨੀਜਨਕ ਖੁਲਾਸਾ ਇਹ ਵੀ ਹੁੰਦਾ ਕਿ ਬੱਚੀ ਦੀ ਜੋ ਮਤਰੇਈ ਮਾਸੀ ਉਸਤੇ ਹੀ ਦੋਸ਼ ਲੱਗੇ ਨੇ ਕਿ ਉਸ ਵੱਲੋਂ ਲੜਕੀ ਨੂੰ ਮਾਰ ਕੇ ਛੱਪੜ ਚ ਸਿੱਟ ਦਿੱਤਾ ਗਿਆ ਤਾਂ ਬੱਚੀ ਦੀ ਮਤਰੀ ਮਾਂ ਵੱਲੋਂ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਇਹ ਦੋਸ਼ ਲੱਗੇ ਨੇ ਇਹ ਵੀ ਤੁਹਾਨੂੰ ਇੱਥੇ ਦੱਸਦੇ ਕਿ ਇਸ ਨੂੰ ਲੈ ਕੇ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਆਪਣੇ ਜਿਹੜੇ ਕਦਮ ਨੇ ਉ ਚੱਕੇ ਸੀਸੀਟੀਵੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜੋ ਅਬਿਰੋਜ ਲੜਕੀ ਦੀ ਜੋ ਮਾਂ ਹੈ ਉਹ ਇੱਕ ਬਾਲਟੀ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ ਤੇ ਕਿਹਾ ਗਿਆ ਕਿਸ ਬਾਲਟੀ ਚ ਉਹ ਜੋ ਅਬਿਰੋਜ ਕੋਰਨ ਉਸਨੇ ਮਾਰ ਦਿੱਤਾ ਸੀ ਤਾਂ ਉਸ ਨੂੰ ਲੈ ਕੇ ਉਹ ਉਸ ਨੂੰ ਛੱਪੜ ਤੇ ਸੁੱਟਣ ਗਈ ਸੀ ਤਾਂ ਵੀਡੀਓ ਚ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਾਲਟੀ ਨੂੰ ਔਖੇ ਤਰੀਕੇ ਨਾਲ ਚੁੱਕ ਕੇ ਲੈ ਕੇ ਜਾ ਰਹੀ ਹੈ ਇਹ ਔਰਤ ਤੇ ਕਿਹਾ ਜਾ ਰਿਹਾ ਵੀ ਇਸੇ ਔਰਤ ਵੱਲੋਂ ਆਪਣੀ ਬੱਚੀ ਨੂੰ ਜੋ ਕਿ ਮਤਰੇਈ ਮਾਂ ਸੀ ਇਹ ਅਬਿਰੋਜ ਦੀ ਇਸੇ ਵੱਲੋਂ ਉਹ ਮਾਰਿਆ ਗਿਆ ਤੇ ਮਾਰ ਕੇ ਪਿੰਡ ਦੇ ਛੱਪੜ ਤੇ ਸੁੱਟ ਦਿੱਤਾ ਗਿਆ ਜੋ ਕਿ ਖੁਲਾਸੇ ਹੋਏ ਨੇ ਤਾ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬੱਚੀ ਦੇ ਲਾਪਤਾ ਹੋਣ ਦੀ ਗੁੱਥੀ ਪੁਲਿਸ ਵੱਲੋਂ ਸੁਲਝਾ ਲਈ ਗਈ ਅਤੇ ਬੱਚੀ ਦੀ ਮਤਰੀ ਮਾਂ ਤੇ ਕਤਲ ਦੇ ਦੋਸ਼ ਲੱਗੇ ਨੇ। ਰਾਮਪੂਰਾ ਤੋਂ ਲਾਪਤਾ ਹੋਈ 7 ਸਾਲਾਂ ਬੱਚੀ ਦੀ Laash ਪਿੰਡ ਦੇ ਛੱਪੜ ਕੋਲੀ ਮਿਲਦੀ ਆ। ਪੁਲਿਸ ਨੇ ਮਤਰੀ ਮਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਇਸ ਦੀ ਇੱਕ CCTV ਵੀਡੀਓ ਜੋ ਤੁਸੀਂ ਦੇਖ ਰਹੇ ਹੋ ਜਿਸ ਤੇ ਇਹ ਔਰਤ ਕਾਲੀ ਚ ਬਾਲਟੀ ਚ ਕੁਝ ਭਾਰੀ ਚੀਜ਼ ਲੱਤ ਜਾਂਦੀ ਨਜ਼ਰ ਆ ਰਹੀ ਆ ਮੰਨਿਆ ਜਾ ਰਿਹਾ ਕਿ ਔਰਤ ਬੱਚੀ ਦੀ Laash ਨੂੰ ਬਾਲਟੀ ਚ ਪਾ ਕੇ ਲਿਜਾ ਰਹੀ See? ਲੜਕੀ ਦੀ ਪਛਾਣ ਅਬਿਰੋਧ ਜੋਤਕੌਰ ਵਜੋਂ ਹੋਈ ਜਿਸ ਦਾ ਕਤਲ ਕੀਤਾ ਗਿਆ ਕੱਲ ਦੇਰ ਰਾਤ ਤੱਕ ਜਦੋਂ ਲੜਕੀ ਘਰੇ ਨਾ ਵਾਪਸ ਮੁੜੀ ਤਾਂ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਪੁਲਿਸ ਨੇ ਸਵੇਰ ਤੋਂ ਹੀ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਸੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਵੀ ਕੀਤੀ ਗਈ ਮਾਪਿਆਂ ਨੇ ਸ਼ਿਕਾਇਤ ਦਿੱਤੀ ਸੀ ਕਿ ਅਬਿਰੋਧ ਜੋਤਕੌਰ ਸ਼ਾਮ 4 ਵਜੇ ਦੇ ਕਰੀਬ ਟਿਊਸ਼ਨ ਪੜਨ ਗਈ ਸੀ ਅਤੇ ਵਾਪਸ ਨਹੀਂ ਪਰਤੀ ਇਸ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਪੂਰੇ ਰਾਮਪੁਰਾ ਪਿੰਡ ਦੇ ਘਰ-ਘਰ ਦੀ ਤਲਾਸ਼ੀ ਲਿੱਤੀ ਗਈ ਅਤੇ ਹੁਣ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ ਦੱਸਦੀ ਹੈ ਤੁਹਾਨੂੰ ਇੱਕ ਵਾਰ ਫੇਰ ਕਿ ਅਮ੍ਰਿਤਸਰ ਦੇ ਰਾਮਪੁਰਾ ਪਿੰਡ ਦਾ ਇਹ ਮਾਮਲਾ ਜਿੱਥੇ 7 ਸਾਲਾਂ ਦੀ ਮਾਸੂਮ ਬੱਚੀ ਦਾ ਕਤਲ ਹੋ ਗਿਆ ਤੇ ਕਤਲ ਦੇ ਜਿਹੜੇ ਦੋਸ਼ ਨੇ ਉਸ ਦੀ ਮਤਰੀ ਹੀ ਮਾਂ ਤੇ ਲੱਗੇ ਨੇ ਜੋ ਕਿ ਸੀਸੀਟੀਵੀ ਤਸਵੀਰਾਂ ਚ ਬਾਲਟੀ ਲਿਜਾਦੀ ਦੇਖੀ ਜਾ ਸਕਦੀ ਹੈ ਤਾਂ ਇਹ ਕਿਹਾ ਜਾ ਰਿਹਾ ਹੈ ਮੰਨਿਆ ਗਿਆ ਕਿ ਬਾਲਟੀ ਚ ਉਹ ਉਸ ਬੱਚੀ ਦੀ লাশ ਨੂੰ ਪਾ ਕੇ ਲੈ ਕੇ ਗਈ ਸੀ ਤਾਂ ਬੱਚੀ ਦੀ ਮਤਰੀ ਹੀ ਮਾਂ ਤੇ ਕਤਲ ਦੇ ਦੋਸ਼ ਲੱਗੇ ਨੇ ਤਾ ਇੱਥੇ ਤੁਹਾਨੂੰ ਇਹ ਵੀ ਦੱਸਦੀ ਆ ਕਿ ਕਿਹਾ ਜਾ ਰਿਹਾ ਕਿ ਇਸ ਮਤਰੇਈ ਮਾਂ ਵੱਲੋਂ ਹੀ 7 ਸਾਲਾਂ ਮਾਸੂਮ ਬੱਚੀ ਅਬਿਰੋਜ ਕੋਰ ਦਾ ਕਤਲ ਹੈ ਜਿਹੜਾ ਕੀਤਾ ਗਿਆ ਤਾਂ ਮਾਮਲਾ ਜਿਹੜਾ ਉਹ ਸ਼ਰਮਸਾਰ ਕਰਦਾ ਕਿਉਂਕਿ ਜੋ ਰਿਸ਼ਤੇ ਨੇ ਮਾਂ ਤੇ ਬੱਚੀ ਦਾ ਰਿਸ਼ਤਾ ਬੇਸ਼ੱਕ ਉਹ ਮਤਰੇਈ ਸੀ ਪਰ ਜੋ ਰਿਸ਼ਤਾ ਹੁੰਦਾ ਮਾਂ ਤੇ ਬੱਚੀ ਦਾ ਉਹ ਚੰਗਾ ਹੁੰਦਾ ਪਰ ਇਸ ਘਟਨਾ ਨੇ ਇਸ ਖਬਰ ਨੇ ਇਨਾ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਤੇ ਮਾਮਲਾ ਹੈਰਾਨੀਜਨਕ ਸੀ ਤੇ ਅੰਮ੍ਰਿਤਸਰ ਦੇ ਪਿੰਡ ਰਾਮਪੂਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਮਤਰੀ ਹੀ ماں ਸੀ ਜੋ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਕੁੜੀ ਦੇ 7 ਸਾਲਾਂ ਮਾਸੂਮ ਬੱਚੀ ਦਾ ਜੋ ਕਤਲ ਹੋਇਆ ਉਸਦੇ ਦੋਸ਼ ਚ ਉਸਨੂੰ ਗ੍ਰਿਫਤਾਰ ਕੀਤਾ ਗਿਆ